ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੋਕਲ ਪੁਆਇੰਟ ਲੁਧਿਆਣਾ ਵੱਲੋਂ ਸਮੂਹ ਸਾਧ ਸੰਗਤ ਦੇ ਵਡਮੁੱਲੇ ਸਹਿਯੋਗ ਨਾਲ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਹਸਪਤਾਲ ਦੀ ਨਵੀਂ ਉਸਾਰੀ ਜਾ ਰਹੀ ਬਿਲਡਿੰਗ ਲਈ ਸਿਟੀ ਯੂਨੀਅਨ ਬੈਂਕ ਦੇ ਮੈਨੇਜਰ ਵਿਕਾਸ ਠਾਕੁਰ ਦੀ ਅਗਵਾਈ ਵਿੱਚ 1 ਲੱਖ ਰੁਪਏ ਦਾ ਸਹਾਇਤਾ ਰਾਸ਼ੀ ਚੈੱਕ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਦੇਵ ਸਿੰਘ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਨੂੰ ਸੌਂਪਿਆ ਗਿਆ। ਸ਼੍ਰੀ ਠਾਕੁਰ ਨੇ ਕਿਹਾ ਕਿ ਮਾਨਵਤਾ ਦੇ ਭਲੇ ਲਈ ਆਰੰਭੇ ਗਏ ਕਾਰਜਾਂ ਵਾਸਤੇ ਬੈਂਕ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਸਹਿਯੋਗ ਦਿੱਤਾ ਗਿਆ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਦੇਵ ਸਿੰਘ ਨੇ ਸਿਟੀ ਯੂਨੀਅਨ ਬੈਂਕ ਦੇ ਮੈਨੇਜਰ ਵਿਕਾਸ ਠਾਕੁਰ ਅਤੇ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਚੈਰੀਟੇਬਲ ਹਸਪਤਾਲ ਦੀ ਬਿਲਡਿੰਗ ਦਾ ਕੰਮ ਬੜੀ ਤੇਜ਼ੀ ਨਾਲ ਨੇਪਰੇ ਚੜ੍ਹ ਰਿਹਾ ਹੈ ਅਤੇ ਹੁਣ ਤੱਕ 4 ਲੈਂਟਰ ਪਾਏ ਜਾ ਚੁੱਕੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਪ੍ਰਭਜੋਤ ਸਿੰਘ ਕਾਲੜਾ, ਬੈਂਕ ਦੇ ਅਸਿਸਟੈਂਟ ਮੈਨੇਜਰ ਰੋਹਿਤ ਸ਼ਰਮਾ, ਗੁਰਦੁਆਰਾ ਸਾਹਿਬ ਦੇ ਚੇਅਰਮੈਨ ਦਿਲਵਾਗ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਚਰਨ ਸਿੰਘ ਸੇਠੀ, ਕੈਸ਼ੀਅਰ ਆਰਪੀ ਸਿੰਘ ਵੀ ਮੌਜੂਦ ਸਨ। ਮੈਨੇਜਰ ਸਿਟੀ ਯੂਨੀਅਨ ਬੈਂਕ ਲੁਧਿਆਣਾ ਸੇ ਗੁਰਦੁਆਰਾ ਪ੍ਰਬੰਧਨ ਕਮੇਟੀ ਨੇ ਹਮਾਰੇ ਪਾਸ ਅਪਰੋਚ ਕੀਆ ਥਾ ਕਿ ਆਪ ਹਮੇ ਹੌਸਪਿਟਲ ਬਣਾ ਰਹੇ ਹੈ ਗਰੀਬੋਂ ਕੇ ਲੀਏ, ਮਦਦ ਕੇ ਲੀਏ, ਤੋ ਉਨ੍ਹੋਂਨੇ ਕਹਾ ਥਾ ਜੋ ਵੀ ਆਪ ਯੋਗਦਾਨ ਕਰ ਸਕਤੇ ਹੋ ਕੀਜੀਏ, ਤੋ ਹਮਨੇ ਕਾਰਪੋਰੇਟ ਸੋਸ਼ਲ ਰਿਸਪੋਂਸਿਬਿਲਿਟੀ ਕੇ ਅੰਤਰਗਤ 1 ਲੱਖ ਰੁਪਿਆ ਦਿਆ ਹੈ ਔਰ ਜੋ ਯੇ ਮਹਾਯਗ ਕਰ ਰਹੇ ਹੈ ਉਸਮੇ ਛੋਟੀ ਸੀ ਆਹੂਤੀ ਦੀ ਹੈ। ਪੂਰੀ ਕੋਸ਼ਿਸ਼ ਰਹੇਗੀ ਕਿ ਹਮ ਜਿੰਨਾ ਵੀ ਹੋ ਸਕੇ ਅਗਲੇ ਵਰਸ਼ ਮੈਂ ਇਨਕੋ ਕੁਛ ਔਰ ਸਹਾਇਤਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਸਿਟੀ ਯੂਨੀਅਨ ਬੈਂਕ ਵੱਲੋਂ ਮੈਨੇਜਰ ਸਾਹਿਬ ਆ ਕੇ ਸਾਡੇ ਗੁਰਦੁਆਰਾ ਸਾਹਿਬ ਹਸਪਤਾਲ ਸ੍ਰੀ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਹੋਸਪਿਟਲ ਵਾਸਤੇ 1 ਲੱਖ ਰੁਪਏ ਦਾ ਚੈੱਕ ਦੇ ਰਹੇ। ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਨਾਲ ਹੀ ਸਾਡੇ ਸੀਨੀਅਰ ਮੀਤ ਪ੍ਰਧਾਨ ਜਿਨ੍ਹਾਂ ਨੇ ਮਿਲ ਕੇ ਕੰਮ ਕਰਾ ਕੇ 1 ਲੱਖ ਰੁਪਏ, ਉਹਨਾਂ ਦੇ ਧੰਨਵਾਦੀ ਹਾਂ। ਸਾਰੀ ਪ੍ਰਬੰਧਕ ਕਮੇਟੀ ਵੱਲੋਂ, ਮੈਨੇਜਰ ਸਾਹਿਬ ਦਾ, ਸੇਠੀ ਸਾਹਿਬ ਦਾ, ਉਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜੋ ਇਹਨਾਂ ਨੇ ਸਾਨੂੰ ਬਹੁਤ ਨਿੱਘਾ ਸਹਿਯੋਗ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਟਿੰਕਾ ਢੇਸੀਆਂ ਵਾਲਾ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।